ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਚੈਪਟਰ 7 ਦੇ ਲੌਂਗ ਕੁਐਸਚਨ ਆਨਸਰ ਤੇ ਸਾਡਾ ਪਹਿਲਾ ਕੁਐਸਚਨ ਹੈ ਬੇਟਾ ਇਹਦੇ ਵਿੱਚ ਤਿੰਨ ਕੁਐਸਚਨ ਐਡ ਹੈ ਇੱਕ ਥੀਮ ਆਵੇ ਜਾਂ ਤਨੂਲ ਆਵੇ ਸੈਂਟਰ ਆਈਡੀਆ ਜਾਂ ਤੁਹਾਨੂੰ ਕਨਸੈਪਟ ਆਫ ਬਿਊਟੀ ਆਵੇ ਤਾਂ ਤੁਸੀਂ ਇਹ ਇੱਕ ਜਿਹੜਾ ਆਨਸਰ ਲਿਖੋਗੇ ਸਾਡਾ ਜਿਸ ਤਰ੍ਹਾਂ ਆਨਸਰ ਹੈ ਦਾ ਐਸੇ ਦਾ ਐਸੇ ਬਿਊਟੀ ਐਂਡ ਦਾ ਬੀਸਟ ਇਜ਼ ਬੇਸਡ ਔਨ ਦਾ ਥੀਮ ਆਫ ਬਿਊਟੀ ਕੰਟ੍ਰਾਸਟ ਐਂਡ ਦਾ ਕਨਸੈਪਟ ਆਫ ਬਿਊਟੀ ਕਹਿੰਦੇ ਕਿ ਲੇਖ ਬਿਊਟੀ ਐਂਡ ਦਾ ਬੀਸਟ ਸੁੰਦਰਤਾ ਮੁਕਾਬਲੇ ਦੇ ਵਿਸ਼ੇ ਤੇ ਸੁੰਦਰਤਾ ਦੀ ਧਾਰਨਾ ਤੇ ਆਧਾਰਿਤ ਹੈ ਕਹਿੰਦੇ ਕਿ ਇਟ ਇਜ਼ ਵੈਲ ਨਾਉਨ ਫੈਕਟ ਥੈਟ ਬਿਊਟੀ ਕੰਟੈਸਟ ਆਰ ਵੈਰੀ ਕਾਮਨ ਥੀਸ ਡੇ ਕਹਿੰਦੇ ਕਿ ਇਹ ਇੱਕ ਜਾਣਿਆ ਪਛਾਣਿਆ ਤੱਤ ਹੈ ਕਿ ਅੱਜ ਕੱਲ ਸੁੰਦਰਤਾ ਤੇ ਮੁਕਾਬਲੇ ਬਹੁਤ ਆਮ ਹੋ ਗਏ ਹਨ the writer says that concept of beauty is personal and subjective kende ki lekhak kenda hai lekhak da kehna hai ki jehda sundarta da sankalp hai oh vyaktigat te antarmukhi hai the rule of the chosen beauty queen is limited in a time and place te kende ki jehda beauty queen chunan da nizam hai oh samay te sthan tak hi simat rehanda hai the beauty queen of this year will be forgotten during the next year te kende is saal di jeh beauty queen hai onu agle saal bhula ditta janda hai the beauty queen of one place will not be recognized as a beauty queen in the other place te is saal di beauty queen nu dujji jagah te beauty queen hon di manta nahi ditti jandi besides ਵਨ ਪਰਸਨ ਆਈਡੀਆ ਆਫ ਬਿਊਟੀ ਵੈਰੀਅਸ ਫਰਮ ਅਦਰ ਪਰਸਨ ਕਹਿੰਦੇ ਕਿ ਇਸ ਤੋਂ ਇਲਾਵਾ ਜਿਹੜੇ ਇੱਕ ਵਿਅਕਤੀ ਦਾ ਜਿਹੜਾ ਬਿਊਟੀ ਦੇ ਪ੍ਰਤੀ ਆਈਡੀਆ ਵਿਚਾਰ ਨੇ ਉਹ ਦੂਜੇ ਵਿਅਕਤੀ ਤੋਂ ਅਲੱਗ ਨੇ ਅਨਦਰ ਪੁਆਇੰਟ ਇਜ਼ ਬਿਊਟੀ ਥੈਟ ਡਸ ਨੋਟ ਡਿਪੈਂਡ ਔਨ ਦਾ ਫੀਚਰ weight and measurement only ਕਹਿੰਦੇ ਕਿ ਬਿਊਟੀ ਦਾ ਜਿਹੜਾ ਹੈਗਾ ਮਤਲਬ ਸੁੰਦਰਤਾ ਬਾਰੇ ਇੱਕ ਹੋਰ ਨੁਕਤਾ ਇਹ ਹੈ ਕਿ ਜਿਹੜੀ ਸੁੰਦਰਤਾ ਹੈ ਉਹ ਕੇਵਲ ਵਿਅਬਸ਼ੇਸ਼ਤਾ ਭਾਰ ਤੇ ਮਾਪ ਤੇ ਨਿਰਭਰ ਨਹੀਂ ਕਰਦੀ ਕਹਿੰਦਾ ਇਫ ਥਿਸ ਵਰ ਸੋ ਜੇਕਰ ਇਸ ਤਰ੍ਹਾਂ ਹੁੰਦਾ ਪੇਰੈਂਟਸ ਊਡ ਨੋਟ ਕਨਸੀਡਰ देयर ਚਿਲड्रन द ਮੋਸਟ ਬਿਊਟੀਫੁਲ ਵਨਸ ਦ ਪੇਰੈਂਟਸ ਕਦੇ ਵੀ ਨਾ ਕਹਿੰਦੇ ਮਾਤਾ ਪਿਤਾ ਕਦੇ ਵੀ ਨਾ ਕਹਿੰਦੇ ਕਿ ਤੁਹਾਡਾ ਬੱਚਾ ਜਿਹੜਾ ਦੁਨੀਆ ਦਾ ਸਭ ਤੋਂ ਸੋਹਣਾ ਬੱਚਾ ਹੈ we all know that parents boost of the beauty intelligence and smartness of their children ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੇ ਪੇਰੈਂਟਸ ਹੁੰਦੇ ਨੇ ਉਹਨਾਂ ਨੂੰ ਆਪਣੇ ਬੱਚਿਆਂ ਦੀ ਸੁੰਦਰਤਾ ਇੰਟੈਲੀਜੈਂਸੀ ਤੇ ਤੇ ਉਹਨਾਂ ਦੀ ਜਿਹੜੀ ਕਹਿ ਲਓ ਸਮਾਰਟਨਸ ਤੇ ਬਹੁਤ ਇਹ ਮਤਲਬ ਕਿ ਨਹੀਂ ਜਾਣਦੇ ਹਾਂ ਕਿ ਜਿਹੜੇ ਮਾਪੇ ਨੇ ਆਪਣੇ ਬੱਚਿਆਂ ਦੀ ਚੁਸਤੀ ਤੇ ਬੁੱਧੀ ਤੇ ਸੁੰਦਰਤਾ ਦੇ ਬਹੁਤ ਮਾਣ ਕਰਦੇ ਹਨ ਠੀਕ ਹੈ ਬਿਊਟੀ ਇਸ ਆ ਸੋ ਕਨੈਕਟਡ ਵਿਦ ਵਨਸ ਪਰਸਨਲ ਰਿਲੇਸ਼ਨਸ਼ਿਪ ਲਾਈਕਿੰਗ ਐਂਡ ਕਲੋਜ਼ਨੈਸ ਜਿਹੜਾ ਕਹਿੰਦੇ ਕਿ ਹੈਗੀ ਹੈ ਬਿਊਟੀ ਜਿਹੜੀ ਸੁੰਦਰਤਾ ਹੈ ਉਹ ਕਿਸੇ ਤੇ ਨਿੱਜੀ ਰਿਸ਼ਤੇ ਪਸੰਦ ਤੇ ਨੇੜਤਾ ਨਾਲ ਜੁੜੀ ਹੁੰਦੀ ਹੈ ਠੀਕ ਹੈ ਇਹ ਹਸਬੈਂਡ ਯੂਸੂਲੀ ਲਵ ਹਿਸ ਵਾਈਫ ਐਂਡ ਰਿਗਾਰਡ ਹਰ ਐਜ਼ ਦਾ ਮੋਸਟ ਬਿਊਟੀਫੁਲ ਊਮੈਨ ਬਿਕੋਜ਼ ਸੀ ਹੈਜ਼ ਗੁੱਡ ਵਾਈਫਲੀ ਕੁਆਲਟੀ ਪਤੀ ਆਪਣੀ ਪਤਨੀ ਨੂੰ ਸਭ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਤੇ ਉਸ ਨੂੰ ਸਭ ਤੋਂ ਸੋਹਣੀ ਔਰਤ ਸਮਝਦਾ ਹੈ ਕਿਉਂਕਿ ਉਸ ਵਿੱਚ ਇੱਕ ਚੰਗੀ ਔਰਤ ਦੇ ਚੰਗੀ ਪਤਨੀ ਦੇ ਸਾਰੇ ਗੁਣ ਹੁੰਦੇ ਹਨ ਹੀ ਲਾਈਫ ਦਾ ਬੀਸਟ ਆਫ ਊਮਨ ਇਨ ਹਰ ਬੇਟਾ ਇਹਦਾ ਮਤਲਬ ਹੈ ਕਿ ਅਸੀਂ ਕੋਈ ਅਜਿਹਾ ਪ੍ਰਕਾਰ ਦਾ ਇੱਕ ਹਿੰਸਕ ਜਾਨਵਰ ਵੀ ਰੱਖ ਲੈਨੇ ਆ ਤਾਂ ਹੌਲੀ ਹੌਲੀ ਜਦੋਂ ਜਦੋਂ ਉਹ ਇਹਦੋਂ ਨਾ ਵਿਛੜਦੇ ਆ ਕਹਿੰਦੇ ਮਤਲਬ ਉਹਨੂੰ ਵੇਖਦੇ ਆ ਉਹਨੂੰ ਖਵਾਉਂਦੇ ਪਿਆਉਂਦੇ ਆ ਤੇ ਉਹਦੇ ਨਾਲ ਸਾਨੂੰ ਕੀ ਹੋ ਜਾਂਦਾ ਪਿਆਰ ਹੋ ਜਾਂਦਾ ਇਸੇ ਤਰ੍ਹਾਂ ਜਦੋਂ ਸਾਡੀ ਮੈਰਿਜ ਹੁੰਦੀ ਹੈ ਅਸੀਂ ਇਨਸਾਨ ਨੂੰ ਨਹੀਂ ਜਾਣਦੇ ਹੁੰਦੇ ਅੱਜ ਕੱਲ ਦੇ ਨਹੀਂ ਪਿਛਲੀ ਗੱਲ ਹੈ ਮਤਲਬ ਪਿਛਲੇ ਸਮੇਂ ਦੀ ਗੱਲ ਆ ਇਹ ਨਹੀਂ ਜਾਣਦੇ ਕਿ ਸਾਡੀ ਕਿਦਨਾ ਸਾਡੀ ਮੈਰਿਜ ਹੋਣੀ ਹੈ ਠੀਕ ਹੈ ਤੇ ਧੀਰੇ ਧੀਰੇ ਜੇ ਤੁਹਾਡੀ ਮੈਰਿਜ ਹੁੰਦੀ ਹੈ ਫਿਰ ਸਾਨੂੰ ਉਸ ਇਨਸਾਨ ਨਾਲ ਪਿਆਰ ਹੋਣ ਜਾ ਹੌਲੀ ਹੌਲੀ ਹੋ ਜਾਂਦਾ ਹੈ ਜਿੱਦੋਂ ਤੁਹਾਡੀ ਮੈਰਿਜ ਹੁੰਦੀ ਹੈ ਅੱਜ ਕੱਲ ਤਾਂ ਪਹਿਲਾਂ ਹੀ ਹੋ ਜਾਂਦਾ ਵੈ ਬਟ ਪਿਛਲੇ ਸਮੇਂ ਦੀ ਗੱਲ ਹੈ ਠੀਕ ਹੈ ਕਹਿੰਦੇ ਕਿ ਮੋਰਓਵਰ ਬਿਊਟੀ ਇਜ਼ ਇਨ ਦਾ ਡਿਮਾਂਡ ਬਿਕੋਜ਼ ਇਟਸੈਲਵ ਕਹਿੰਦੇ ਕਿ ਜਿਹੜੀ ਇਸ ਤੋਂ ਇਲਾਵਾ ਜਿਹੜੀ ਹੈ ਸੁੰਦਰਤਾ ਦੀ ਮੰਗ ਹੁੰਦੀ ਹੈ ਕਿਉਂਕਿ ਜਿਹੜੀ ਸੁੰਦਰਤਾ ਹੈ ਉਹ ਬਾਜ਼ਾਰ ਵਿੱਚ ਵਿਕਦੀ ਹੈ if prize are given to the ugliest person uh, then people would attach important of ugliness kende ki je kar badsurt vyaktiyan nu inaam ditte jaan ta lok badsurt nu vi mahatv den la paen ਦਿਸ ਆਰਸੋ ਪ੍ਰੂਫ ਥੈਟ ਕਨਸੈਪਟ ਆਫ ਬਿਊਟੀ ਇਜ਼ ਸਬਜੈਕਟਿਵ ਕਹਿੰਦੇ ਕਿ ਇਸ ਤੋਂ ਸਿੱਧ ਹੋ ਜਾਂਦਾ ਹੈ ਕਿ ਜਿਹੜੀ ਸੁੰਦਰਤਾ ਦੀ ਧਾਰਨਾ ਹੈ ਉਹ ਇੱਕ ਵਿਅਕਤੀਗਤ ਧਾਰਨਾ ਹੈ ਠੀਕ ਹੈ ਬੇਟਾ ਇਸ ਤੋਂ ਇਲਾਵਾ ਹੈ ਜਿਹੜਾ ਇੰਪੋਰਟੈਂਟ ਕੁਐਸਚਨ ਆ ਉਹ ਹੈਗਾ ਇਹਨੂੰ ਪਹਿਲਾਂ ਰੱਬ ਕਰ ਲੈਨੇ ਆ ਇਸ ਤੋਂ ਇਲਾਵਾ ਜਿਹੜਾ ਕੁਐਸਚਨ ਆ ਉਹ ਹੈਗਾ ਸੈਕਿੰਡ ਪਹਿਲਾਂ ਇਹਨੂੰ ਰੱਬ ਕਰਾਂਗੇ ਫਿਰ ਤੁਹਾਨੂੰ ਸਮਝਾ ਦਾਂਗੇ ਠੀਕ ਹੈ ਬੇਟਾ ਇਹਨੂੰ ਨਾਲ-ਨਾਲ ਕਰਦੇ ਜਾਇਆ ਕਰੋ ਬਹੁਤ ਹੀ ਸਿੰਪਲ ਲਿਖਿਆ ਹੈ ਜਿਹੜੀਆਂ ਮੀਰਮੇਨ ਲਾਈਨਸ ਹੈ ਉਹ 흘ੀਆਂ ਹਨ ਹਾਂਜੀ ਸਾਡਾ ਜਿਹੜਾ ਸੈਕੰਡ ਕੁਐਸਚਨ ਹੈ ਉਹ ਕਹਿੰਦੇ ਬ੍ਰਿੰਗ ਆਊਟ ਦਾ ਹਿਊਮਰ ਇਨ ਦਾ ਬਿਊਟੀ ਐਂਡ ਦਾ ਬੀਸ ਹਿਊਮਰ ਮਤਲਬ ਜਿਹੜੇ ਇਹਦੇ ਵਿੱਚ ਹਾਸੇ ਵਾਲੀਆਂ ਗੱਲਾਂ ਨੇ ਉਹਨਾਂ ਨੂੰ ਅਸੀਂ ਨੋਟ ਕਰਨਾ ਹੈ ਠੀਕ ਹੈ ਤੇ ਸਾਡਾ ਆਨਸਰ ਕੀ ਹੈ ਕਹਿੰਦੇ ਕਿ ਆਰਕੇ ਨਰਾਇਣ ਆਰਕੇ ਨਰਾਇਣ ਇਜ਼ ਅ ਹਿਊਮਰ ਰਾਈਟਰ ਠੀਕ ਹੈ ਜਿਹੜਾ ਆਰਕੇ ਨਰਾਇਣ ਹੈ ਉਹ ਇੱਕ ਹਾਸ ਰਸਕ ਲੇਖਕ ਹੈ ਹੀ ਨਾਊ ਫੋਰ ਹਿਊਮਰ ਐਂਡ ਆਇਰੋਨੀ ਠੀਕ ਹੈ ਉਹ ਹਾਸੇ ਤੇ ਵਿਅੰਗ ਆਤਮਕ ਲਈ ਜਾਣਿਆ ਜਾਂਦਾ ਹੈ ਦਾ ਐਸੇ ਬਿਊਟੀ ਐਂਡ ਦਾ ਬੀਸਟ ਇਜ਼ ਫੁੱਲ ਆਫ ਹਿਊਮਰਸ ਇਨਸਟੈਂਸ ਤੇ ਕਹਿੰਦੇ ਕਿ ਜਿਹੜਾ ਬਿਊਟੀ ਐਂਡ ਬੀਸਟ ਜਿਹੜਾ ਲੇਖ ਹੈ ਉਹ ਹਾਸੇ ਮਜ਼ਾਕ ਨਾਲ ਭਰਿਆ ਹੋਇਆ ਹੈ ਵੀ ਕੈਨ ਨਾਟ ਹੈਲਪ ਲਫਿੰਗ ਔਨ ਰੀਡਿੰਗ 댓 ਦਾ ਬਿਊਟੀ ਕੁਈਨ ਆਫ 1951 ਮੇ ਬੀ ਫੋਰਗਟਨ ਐਂਡ ਐਨ ਆਰ ਆਫਟਰ ਦਾ 31st ਦਸੰਬਰ ਕਹਿੰਦੇ ਕਿ ਜਿਹੜੇ ਇਹ ਗੱਲ ਵੀ ਬੜੀ ਅਸੀਂ ਪੜ ਕੇ ਹੱਸਦੇ ਆ ਕਿ ਜਿਹੜਾ 1951 ਦੀ ਬਿਊਟੀ ਕਵੀਨ ਨੂੰ 31 ਦਸੰਬਰ ਤੋਂ 1 ਘੰਟਾ ਪਹਿਲਾਂ ਹੀ ਭੁਲਾ ਦਿੱਤਾ ਜਾਂਦਾ ਹੈ ਠੀਕ ਹੈ he then make us laugh at the parents who boost of the beauty of their children kende ki han us gal te vi hasa anda hai jehde parents jehde ne apne bachiyan di bahut zyada maan kar de ne unna di beauty te unna di buddhi te unna di intelligence te keh lo te unna di chusti phurti uh, te next r kenarayan laugh that judgement of beauty with the help of a weighing machine and inch tape kende ki आरके नारायण ਤੋਲਣ ਵਾਲੀਆਂ ਮਸ਼ੀਨਾਂ ਤੇ ਇੰਚ ਟੇਪ ਦੀ ਮਦਦ ਨਾਲ ਸੁੰਦਰਤਾ ਨੂੰ ਮਾਪਣਾ ਮਾਪਣ ਦੀ ਗੱਲ ਕਰਦਾ ਹੈ ਨਾ ਉਦੋਂ ਵੀ ਇੱਕ ਹਾਸੇ ਵਾਲੀ ਗੱਲ ਪੈ ਜਾਂਦੀ ਹੈ ਕਿ ਇਹਨਾਂ ਚੀਜ਼ਾਂ ਦਾ ਜਾਂ ਵੇਟਿੰਗ ਮਸ਼ੀਨ ਤੋਲਣ ਵਾਲੀਆਂ ਮਸ਼ੀਨਾਂ ਨਾਲ ਜਾਂ ਇੰਚ ਟੇਪ ਨਾਲ ਜਿਹੜੀ ਸਾਡੀ ਸੁੰਦਰਤਾ ਹੈ ਉਹ ਨਹੀਂ ਮਾਪੀ ਜਾ ਸਕਦੀ ਠੀਕ ਹੈ ਇਸ ਤੋਂ ਬਾਅਦ ਸਾਡਾ ਆ ਜਾਂਦਾ ਹੈ ਕਹਿੰਦੇ ਕਿ ਵੀ ਕੈਨ ਨੋਟ ਲਫਿੰਗ ਐਟ ਦਾ ਸੋਸ਼ਲ ਕਨਵੈਨਸ਼ਨ ਆਫ ਆਸਕਿੰਗ ਏ ਬOY ਟੂ ਜਜ ਦਾ ਬਿਊਟੀ ਆਫ ਹਿਸ ਵੁੱਡ ਬੀ ਬਰਾਇਡ ਅਸੀਂ ਹਾਂਜੀ ਇਹਦੇ ਤੇ ਲਾਈਨ ਅੰਡਰਲਾਈਨ ਕਰ ਦਿੰਦੇ ਆ ਤਾਂ ਜੋ ਤੁਹਾਨੂੰ ਸਮਝ ਆ ਜਾਏ ਠੀਕ ਹੈ ਕਹਿੰਦੇ ਕਿ ਅਸੀਂ ਇੱਕ ਮੁੰਡੇ ਨੂੰ ਆਪਣੀ ਹੋਣ ਵਾਲੀ ਦੁਲਹਨ ਦੀ ਸੁੰਦਰਤਾ ਦਾ ਨਿਰਣਾ ਕਰਨ ਲਈ ਕਹਿੰਦੇ ਸਮਾਜਿਕ ਸੰਮੇਲਨ ਤੋ ਬਿਨਾ ਬਜਿਹੜਾ ਉਹ ਕਹਿੰਦਾ ਕਿ ਮੀਟਿੰਗ ਕਰਨੀ ਹੈ ਸਮਾਜਿਕ ਸਮੇਲਨਾਂ ਤੋਂ ਬਿਨਾ ਜਿਹੜਾ ਇਹਨੂੰ ਇੱਕ ਹਸੋਹਣੀ ਗੱਲ ਸਮਝਦਿਆਂ ਕਿ ਇੱਕ ਲੜਕਾ ਹੈ ਵਿਆਹ ਕਰਨਾ ਚਾਹੁੰਦਾ ਤੇ ਉਸ ਤੋਂ ਪਹਿਲਾਂ ਕਿ ਉਹ ਕਹਿੰਦਾ ਕਿ ਮੈਂ ਉਹਨੂੰ ਮਿਲਣਾ ਚਾਹੁੰਦਾ ਹਾਂ ਦਾ ਬாய் ਹੈਜ਼ ਫਾਰਮਲ ਮੀਟਿੰਗ ਇਨ ਦਾ ਗਰਲਸ ਹਾਸ ਤੇ ਜਿਹੜਾ ਲੜਕਾ ਹੈ ਕੁੜੀ ਦੇ ਘਰ ਰਸਮੀ ਮੁਲਾਕਾਤ ਕਰਦਾ ਹੈ ਕਹਿੰਦਾ ਮਤਲਬ ਜਿੱਸਾ ਪਹਿਲੇ ਸਮੇਂ ਵਿੱਚ ਡਾਇਰੈਕਟਲੀ ਨਹੀਂ ਮਿਲਦੇ ਕਿਸੇ ਨੂੰ ਨਾਲ ਲੈ ਕੇ ਫੈਮਿਲੀ ਮੈਂਬਰ ਨੂੰ ਫਿਰ ਲੜਕੇ ਵਾਲੇ ਅਧਿਕਾਰ ਇਹ ਮੁੰਡਾ ਲੜਕਾ ਗਿਆ ਕਹਿੰਦੇ ਕਿ ਇਟ ਇਜ਼ ਕੁਆਇਟ ਹਿਊਮਰਸ ਵੈਨ ਦਾ ਰਾਈਟਰ ਸੇਡ ਥੈਟ ਦਾ ਬாய் ਰਿਗਰੈਟਡ ਥੈਟ ਹੀ ਡਿਡ ਨੋਟ ਨੋਟਿਸ ਵੈਦਰ ਦਾ ਗਰਲਸ ਨੋਜ਼ ਵਾਸ ਅ ਟ੍ਰੇਟ ਔਰ ਆਰਸ ਇਜ਼ ਆਲਸੋ ਹਿਊਮਰਸ ਕਹਿੰਦਾ ਕਿ ਲੜਕੇ ਦੀ ਜਦੋਂ ਜਾਂਦਾ ਤੇ ਕਹਿੰਦਾ ਇਹ ਗੱਲ ਬਹੁਤ ਹੀ ਹਾਸੋ ਹਸਣ ਵਾਲੀ ਹਾਸੋ ਹੀ ਨਹੀਂ ਹੈ ਕਿ ਜਦੂ ਲੇਖਕ ਕਹਿੰਦਾ ਹੈ ਕਿ ਮੁੰਡੇ ਨੂੰ ਇਸ ਗੱਲ ਦਾ ਅਫਸੋਸ ਹੁੰਦਾ ਹੈ ਕਿ ਉਸਨੇ ਧਿਆਨ ਹੀ ਨਹੀਂ ਦਿੱਤਾ ਧਿਆਨ ਨਾਲ ਵੇਖਿਆ ਹੀ ਨਹੀਂ ਕਿ ਕੁੜੀ ਦਾ ਨੱਕ ਜਿਹੜਾ ਸਿੱਧਾ ਹੈ ਜਾਂ ਕਮਾਨ ਵਾਂਗ ਦਾ ਹੈ ਕਹਿੰਦਾ ਇਹ ਕਹਿਣਾ ਇੱਕ ਬੜੀ ਹਾਸੇ ਵਾਲੀ ਗੱਲ ਹੈ ਗਿਆ ਆਰ ਕਨ ਰਾਈਨ ਮੇਕ ਫਨ ਦਾ ਅਹ ਹ ਕਮਰਸ਼ੀਅਲਾਈਜੇਸ਼ਨ ਆਫ ਬਿਊਟੀ ਠੀਕ ਹੈ ਆਰਕਨ ਰਾਏ ਨੇ ਜਿਹੜਾ ਸੁੰਦਰਤਾ ਦੇ ਵਪਾਰੀ ਕਰਨ ਦਾ ਮਜ਼ਾਕ ਉਡਾਉਂਦਾ ਹੈ ਇਟ ਊਡ ਬੀ ਇੰਟਰਸਟਿੰਗ ਇਫ ਸਮ ਬੋਡੀ ਸਪான்ਸਰ ਅ ਵਰਲਡ ਅਲਗਨਸ ਕੰਟੈਸਟ 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 ਕਹਿੰਦੇ ਕਿ ਇਹ ਵੀ ਇੱਕ ਬਹੁਤ ਹੀ ਹਾਸੇ ਵਾਲੀ ਗੱਲ ਹੋਏਗੀ ਕਿ ਜੇਕਰ ਵਿਸ਼ੇ ਵਿੱਚ ਬਦਸੂਰਤੀ ਦੇ ਮੁਕਾਬਲੇ ਵੀ ਬਦ ਸੂਰਤੀ ਦੇ ਮੁਕਾਬਲੇ ਨੂੰ ਵੀ ਸਪான்ਸਰ ਮਾਰਿਆ ਜਾਵੇ ਠੀਕ ਹੈ ਇਨ दैट ਕੇਸ ਪੀਪਲ ਵਿਦ ਬਲਬਸ ਨੋਜ਼ ਮੋٹے ਨੋਜ਼ ਵਾਲੇ ਐਂਡ ਟ੍ਰੈਪਲਿੰਗ ਹੈ ਫੋਰਹੈਡ ਵੁੱਡ ਗਟ ਅ ਪ੍ਰਾਈਜ਼ ਕਹਿੰਦੇ ਕਿ ਜੇਕਰ ਬਦ ਸੂਰਤੀ ਦੇ ਮੁਕਾਬਲੇ ਹੋਣ ਲੱਪੇ ਤੇ ਇਸ ਸਥਿਤੀ ਵਿੱਚ ਜਿਹੜੇ ਮੋٹے ਨੱਕ ਵਾਲੇ ਨੇ ਟੈਪਿੰਗ ਮੱਥੇ ਵਾਲੇ ਲੋਕਾਂ ਨੂੰ ਇਨਾਮ ਮਿਲਦੇ ਠੀਕ ਹੈ ਬੇਟਾ ਇਸ ਤਰ੍ਹਾਂ ਹਾਂਡਾ ਜਿਹੜਾ ਨੈਸਟ ਕੁਐਸਚਨ ਹੈ ਲਾਸਟ ਤੇ ਇਹ ਵੀ ਹੈਗਾ ਤੁਹਾਡਾ ਇੰਪੋਰਟੈਂਟ ਬੇਟਾ ਇਹਨਾਂ ਨੂੰ ਜ਼ਰੂਰ ਕਰ ਲੈਣਾ ਇਸ ਤੋਂ ਇਲਾਵਾ ਜਿਹੜੇ ਸ਼ਾਰਟ ਕੁਐਸ਼ਨ ਕੀਤੇ ਹੋਏ ਨੇ ਜੇ ਬਾਈ ਚਾਂਸ ਉਹਨਾਂ ਦੇ ਨਾਲ ਰਿਲੇਟਡ ਆਏ ਤੁਸੀਂ ਇਹਦੇ ਵਿੱਚ ਕੁਝ ਵੀ ਲਿਖ ਸਕਦੇ ਹੋ ਕਹਿੰਦਾ ਮਤਲਬ ਉਹ ਜਿਹੜਾ ਸ਼ਾਰਟ ਕੁਐਸ਼ਨ ਆ ਉਹਨਾਂ ਦੀ ਸੈਂਸ ਲੈ ਕੇ ਤੇ ਇਹ ਸਾਰਾ ਮਟੀਰੀਅਲ ਇੱਕ ਕੁਐਸ਼ਨ ਵਿੱਚ ਵਰਤ ਸਕਦੇ ਹੋ ਠੀਕ ਹੈ ਤੇ ਤੁਹਾਡਾ ਜਿਹੜਾ 3rd ਕੁਐਸ਼ਨ ਹੈ ਉਹ ਕਹਿੰਦੇ ਨੇ ਕਿ ਜਿਹੜੀ ਬਿਊਟੀ ਹੈ ਠੀਕ ਹੈ ਕਹਿੰਦੇ ਕਿ ਬਿਊਟੀ ਇਜ਼ ਸਮਥਿੰਗ we drained when we got used to beast ਇਹ ਜਿਹੜੀ ਤੁਹਾਨੂੰ ਮੈਂ ਅੱਗੇ ਵੀ ਗੱਲ ਸਮਝਾਈ ਸੀ ਕਿ ਜਿਹੜੀ ਬਿਊਟੀ ਹੈ ਸੁੰਦਰਤਾ ਇੱਕ ਅਜਿਹੀ ਚੀਜ਼ ਹੈ ਜਿਸ ਦਾ ਅੰਦਾਜ਼ਾ ਅਸੀਂ ਹਿੰਸਕ ਪਸ਼ੂ ਜਾਂ ਔਰਤ ਦੇ ਆਦੀ ਹੋਂ ਤੇ ਪ੍ਰਾਪਤ ਕਰਦੇ ਹਾਂ ਜਦੋਂ ਹੀ ਕਿਹੇ ਚੀਜ਼ ਦੇ ਆਦੀ ਹੋ ਜਾਂਦੇ ਆ ਤਾਂ ਫਿਰ ਵੀ ਸਾਨੂੰ ਉੱਤੇ ਬਿਊਟੀ ਦਾ ਪਤਾ ਲੱਗਦਾ ਹੈ ਕਿ ਉਹ ਇਨਸਾਨ ਕਿੰਨਾ ਚੰਗਾ ਕਿ ਕਿ ਦੂਰ ਤੋਂ ਵੇਖ ਕੇ ਸਾਨੂੰ ਨਹੀਂ ਪਤਾ ਲੱਗਦਾ ਕਿ ਇਨਸਾਨ ਚੰਗਾ ਹੈ ਜਾਂ ਮਾੜਾ ਜਦੋਂ ਉਹਦੇ ਨਾਲ ਵਿਚਰਦੇ ਆ ਫਿਰ ਸਾਨੂੰ ਪਤਾ ਲੱਗਦਾ ਠੀਕ ਹੈ ਤੇ ਕਹਿੰਦੇ ਕਿ ਸੁਹੀ ਆਰਕੇ ਨਰਾਇਣ ਦਾ ਜਿਹੜਾ ਇਹਦੇ ਮਤਲਬ ਤੱਥ ਤੇ ਰੋਸ਼ਨੀ ਪਾਓ ਹੁਣ ਅਸੀਂ ਰੋਸ਼ਨੀ ਪਾਣ ਲੱਗੇ ਆ ਕਹਿੰਦੇ ਆਨਸਰ ਹੈਗਾ ਕਹਿੰਦੇ ਕਿ ਆਰਕੇ ਨਰਾਇਣ ਇਜ਼ ਕਿਨ ਆਬਜ਼ਰਵਰ ਆਫ ਦਾ ਥਿੰਗਸ ਇਨ ਜਰਨਲ ਕਹਿੰਦੇ ਕਿ ਆਰਕਿੰਡ ਰਾਇਨ ਆਮ ਤੌਰ ਤੇ ਚੀਜ਼ਾਂ ਦਾ ਡੂੰਘਾ ਨਿਰੇਖਣ ਕਰਨ ਵਾਲਾ ਹੈ ਹੀ బిਗਨ ਦਾ ਐਸਏ ਬਿਊਟੀ ਐਂਡ ਦਾ ਬੀਸਟ ਬਾਈ ਰਿਟਨ ਅਬਾਊਟ ਦਾ ਪ੍ਰੈਕਟਿਸ ਆਫ ਹੋਲਡਿੰਗ ਬਿਊਟੀ ਕੰਟੈਸਟ ਫੋਰ ਦਾ ਸਿਲੈਕਸ਼ਨ ਆਫ ਦਾ ਬਿਊਟੀ ਕੁਇਨ ਆਫ ਦਾ ਈਅਰ ਕਹਿੰਦੇ ਕਿ ਉਹ ਸਾਲ ਦੀ ਬਿਊਟੀ ਕੁਇਨ ਦੀ ਚੋਣ ਲਈ ਸੁੰਦਰਤਾ ਦੇ ਮੁਕਾਬਲੇ ਰੱਖਣ ਦੇ ਅਨੁਭਵ ਬਾਰੇ ਬਿਊਟੀ ਐਂਡ ਦਾ ਬੀਸਟ ਵਿੱਚ ਲਿਖਣਾ ਸ਼ੁਰੂ ਕਰਦਾ ਹੈ ਦਾ ਟਰਮ ਆਫ ਬਿਊਟੀ ਕਵੀਨ ਇਜ਼ ਲਿਮਿਟਿਡ ਟੂ 1 ਇਅਰ ਕਹਿੰਦਾ ਇੱਕ ਬਿਊਟੀ ਕਵੀਨ ਦਾ ਜਿਹੜਾ ਕਾਰਜਕਾਲ ਹੈ 1 ਸਾਲ ਬਹੁਤ ਹੀ ਘੱਟ ਹੈ ਠੀਕ ਹੈ ਆਫਟਰ 댓 ਨਿਊ ਬਿਊਟੀ ਕੁਇਨ ਇਜ਼ ਚੂਸਨ ਐਂਡ ਦਾ ਫਾਰਮਰ ਬਿਊਟੀ ਕੁਇਨ ਇਜ਼ ਫੋਰਗਟਨ ਕਹਿੰਦੇ ਕਿ ਇਸ ਤੋਂ ਬਾਅਦ ਜਿਹੜੀ ਨਵੀਂ ਬਿਊਟੀ ਕੁਇਨ ਨੂੰ ਚੁਣਿਆ ਜਾਂਦਾ ਹੈ ਤਾਂ ਜਿਹੜੀ ਦੂਜੀ ਪੁਰਾਣੀ ਬਿਊਟੀ ਕੁਇਨ ਆ ਉਹਨੂੰ ਭੁੱਲ ਦਿੱਤਾ ਜਾਂਦਾ ਹੈ ਠੀਕ ਹੈ ਦਾ ਰਾਈਟਰ ਫਰਦਰ ਸੇ ਡੈਟ ਬਿਊਟੀ ਕੁਇਨ ਆਫ ਵਨ ਸਿਟੀ ਬੀ ਫਾਈਂਡ ਨੋ ਆਰਗਨਾਈਜੇਸ਼ਨ ਇਨ ਅਨਦਰ ਸਿਟੀ ਕਹਿੰਦੇ ਨੇ ਲੇਖਕ ਅੱਗੇ ਕਹਿੰਦਾ ਹੈ ਕਿ ਇੱਕ ਸ਼ਹਿਰ ਦੀ ਜਿਹੜੀ ਬਿਊਟੀ ਕੁਬੀਨ ਹੈ ਉਹਨੂੰ ਦੂਜੇ ਸ਼ਹਿਰ ਵਿੱਚ ਮਾਨਤਾ ਨਹੀਂ ਮਿਲਦੀ ਠੀਕ ਹੈ ਕਿ ਇੱਕ ਸ਼ਹਿਰ ਦੀ ਜਸਾ ਕਹ ਲਓ ਕਿ ਪੰਜਾਬ ਦੀ ਬਿਊਟੀ ਕੁਬੀਨ ਨੂੰ ਚੰਡੀਗੜ੍ਹ ਵਿੱਚ ਮਾਨਤਾ ਨਹੀਂ ਮਿਲਦੀ ਠੀਕ ਹੈ ਦਿਸ ਬ੍ਰਿੰਗ ਆਊਟ ਦਾ ਟਰੂਥ ਆਫ ਐਨ 올ਡ ਸੇਇੰਗ ਥੈਟ ਆਲ ਅ ਅਪੀਅਰੈਂਸ ਆਰ ਸ਼ੋਰਟ ਲਾਈਫਡ ਕਹਿੰਦੇ ਕਿ ਇਹ ਜਿਹੜੀ ਹੈ ਮਤਲਬ ਇਹ ਸਾਡੇ ਇੱਕ ਕਹਾਵਤ ਸਾਡੇ ਸਾਹਮਣੇ ਆਉਂਦੀ ਹੈ ਕਿ ਸਾਰੇ ਰੂਪ ਜਿਹੜੇ ਨੇ ਥੋੜੇ ਸਮੇਂ ਲਈ ਹੁੰਦੇ ਹਨ ਠੀਕ ਹੈ ਬਿਸਾਈਡ ਦਾ ਕਨਸੈਪਟ ਆਫ ਬਿਊਟੀ ਇਜ਼ ਪਰਸਨਲ ਐਂਡ ਆਬਜੈਕਟਿਵ ਕਹਿੰਦੇ ਕਿ ਇਸ ਤੋਂ ਇਲਾਵਾ ਜਿਹੜੀ ਸੁੰਦਰਤਾ ਦੀ ਧਾਰਨਾ ਵਿਅਕਤੀਗਤ ਅਤੇ ਅੰਤਰਮੁਖੀ ਹੈ all parents often see beauty intelligence and smartness in the children even even these are not there kehte ki ke, sare parents jehde ne bacche vich sundarta buddhi te de chusti dekhde han bhave bacche de vich eh chizaan hon ya na hon narayan is of the view that ha ji narayan is of the view that when a person get used to another person he begin to see beauty in her him or her ਕਹਿੰਦੇ ਕਿ ਨਰਾਇਣ ਦਾ ਵਿਚਾਰ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਦਾ ਆਦੀ ਹੋ ਜਾਂਦਾ ਹੈ ਤਾਂ ਉਹ ਉਸ ਵਿੱਚ ਸੁੰਦਰਤਾ ਵੇਖਦਾ ਹੈ ਠੀਕ ਹੈ ਹੀ ਫਾਊਂਡ ਥਿਸ ਬਿਊਟੀ ਇਨ ਦਾ ਕੁਆਲਿਟੀ ਆਫ ਹਿਜ ਵਾਈਫ ਉਹ ਇਹ ਸੁੰਦਰਤਾ ਆਪਣੀ ਪਤਨੀ ਦੇ ਗੁਣਾ ਵਿੱਚ ਉਹਨੂੰ ਜਿਹੜੀ ਮਿਲਦੀ ਹੈ ਇਹ ਸੁੰਦਰਤਾ ਕਿ ਇਹਦੇ ਵਿੱਚ ਮਿਲਦੀ ਹੈ ਆਪਣੇ ਪਤਨੀ ਦੇ ਗੁਣਾ ਦੇ ਵਿੱਚੋਂ ਮਿਲਦੀ ਹੈ ਨਾਰਾਇਣ ਇਜ਼ ਰਾਈਟ ਵੈਨ ਹੀ ਸੇਜ਼ ਥੈਟ ਬਿਊਟੀ ਇਜ਼ ਸਮਥਿੰਗ ਵੇਡਰਾਈਨ ਵੈਨ ਵੀ ਹੈਵ ਗਟ ਯੂਸ ਟੂ ਦਾ ਬੀਸਟ ਕਹਿੰਦੇ ਕਿ ਜਿਹੜੇ ਨਾਰਾਇਣ ਐ ਇਹ ਸਹੀ ਕਹਿੰਦੇ ਨੇ ਜਿਹੜੇ ਆਰਕਨ ਨਾਰਾਇਣ ਰਾਈਟਰ ਐ ਇਹ ਸਹੀ ਕਹਿੰਦੇ ਨੇ ਕਿ ਜਦੋਂ ਉਹ ਇਹ ਬਿਲਕੁਲ ਸਹੀ ਕਹਿੰਦਾ ਹੈ ਕਿ ਜਦੋਂ ਸੁੰਦਰਤਾ ਉਹ ਚੀਜ਼ ਹੈ ਜੋ ਅਸੀਂ ਉਸ ਸਮੇਂ ਪ੍ਰਾਪਤ ਕਰਦੇ ਹਾਂ ਜਦੋਂ ਸਾਨੂੰ ਜਾਨਵਰ ਦੀ ਆਦਤ ਜਦ ਪਤਨੀ ਦੀ ਆਦ ਹਿੰਸਕ ਜਾਨਵਰ ਦੀ ਜਦ ਪਤਨੀ ਦੀ ਆਦਤ ਪੈ ਜਾਂਦੀ ਹੈ ਕਹਿੰਦੇ ਇਹ ਇਹ ਹਸਬੈਂਡ ਨੈਵਰ ਰਿਗਰੈਟ ਦ ਹਿਸ ਚੋਇਸ ਆਫ ਅ ਵਾਈਫ ਐਸ ਹੀ ਹਿਮਸੈਲਫ ਚੂਸਨ ਹਰ ਕਹਿੰਦੇ ਕਿ ਇਹ ਪਤੀ ਉਹ ਜਿਹੜਾ ਪਤੀ ਹੈ ਉਹ ਕਦੇ ਵੀ ਆਪਣੀ ਪਤਨੀ ਦੀ ਚੋਣ ਤੇ ਪਛਤਾਵਾ ਨਹੀਂ ਕਰਦਾ ਕਿਉਂਕਿ ਉਹ ਖੁਦ ਉਸ ਨੂੰ ਚੁਣਦਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਹੱਡੇ ਜਿਹੜੇ ਇਹ ਇੰਪੋਰਟੈਂਟ ਕੁਐਸਚਨ ਹੈ ਉਹ ਹੋ ਗਏ ਨੇ ਤੇ ਨੈਕਸਟ ਵੀਡੀਓ ਵਿੱਚ ਅਸੀਂ ਅਗਲਾ ਲੈਸਨ ਕਰਾਂਗੇ ਬੇਟਾ ਤੇ ਨਾਲ-ਨਾਲ ਤੁਸੀਂ ਇਹਨਾਂ ਨੂੰ ਪੜ੍ਹਦੇ ਜਾਓ ਕਿਉਂਕਿ ਤੁਹਾਡੇ ਹੈਗੇ ਨੇ ਪੇਪਰ 7 ਮਹੀਨ ਨੂੰ ਸ਼ੁਰੂ ਹੋ ਗਏ ਨੇ ਠੀਕ ਹੈ ਬੇਟਾ ਜਿੱਥੇ ਤੁਹਾਡੇ ਕਾਲਜ ਤੁਹਾਡੇ ਬੱਚਿਆਂ ਦੇ ਪੇਪਰ ਜਿਹੜੇ ਨੇ 7 ਤਰੀਕ ਨੂੰ ਸ਼ੁਰੂ ਹੋ ਰਹੇ ਨੇ ਹੋ ਸਕਦਾ ਤੁਹਾਡੇ ਵੀ ਨਾਲ ਹੀ ਸੈਵਨ ਨੂੰ ਸ਼ੁਰੂ ਹੋਣ ਮੋਸਟਲੀ ਸਾਰੀਆਂ ਯੂਨੀਵਰਸਿਟੀ ਦਾ ਇੱਕ ਹੀ ਹੁੰਦਾ ਵਾ ਇਕੱਠੇ ਸ਼ੁਰੂ ਕਰਦੇ ਹਾਂ